ਸਸਿਕਾਲ ਲੋਕਰਾਂ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸਰਦਾਰ ਜਗਰੂਪ ਸਿੰਘ ਸੇਖੋਂ ਸੇਖੋਂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸ਼ੁਕਰੀਆ ਜੀ ਸੇਖੋਂ ਸਾਹਿਬ ਸਾਡੀ ਸਿਆਸਤਾਂ ਦੇ ਕੱਦ ਆਖਰ ਬੋਨੇ ਕਿਉਂ ਅਸੀਂ ਵੱਡੀਆਂ ਜੋ ਸਾਡੇ ਅਹਿਮ ਮੁੱਦੇ ਨੇ ਸਾਡੀ ਪੰਜਾਬੀਅਤ ਦੇ ਨਾਲ ਜੁੜੇ ਹੋਏ ਸਾਡੇ ਪੰਜਾਬ ਦੇ ਨਾਲ ਜੁੜੇ ਹੋਏ ਅਸੀਂ ਆਖਰ ਉਹਨਾਂ ਵੱਲ ਪਿੱਠ ਕਿਉਂ ਕਰ ਛੋਟੇ ਛੋਟੇ ਜੋ ਮੁੱਦੇ ਨੇ ਭਾਵੇਂ ਬੇਰੁਜ਼ਗਾਰੀ ਨਸ਼ਾ ਇਹਨਾਂ ਦੇ ਨਾਲ ਲਗਾਤਾਰ ਸਵਾਲ ਹਮੇਸ਼ਾ ਸੱਤਾ ਨੂੰ ਹੁੰਦੇ ਨੇ ਪਰ ਜੋ ਅਹਿਮ ਅਤ ਅਹਿਮ ਗੰਭੀਰ ਅਹਿਮ ਵਿਸ਼ੇ ਨੇ ਪੰਜਾਬ ਦੇ ਉਹਨਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਉਹਨਾਂ ਤੋਂ ਅਸੀਂ ਪਿੱਠ ਕਰੀ ਦਿੱਤੇ ਹਾਂ ਹੁਣ ਚੰਡੀਗੜ੍ਹ ਦਾ ਮਾਮਲਾ ਤੁਸੀਂ ਲੈ ਲਓ ਹਰਿਆਣਾ ਵਿਧਾਨ ਸਭਾ ਦੀ ਨਵੀਂ ਬਣਾਉਣ ਦੀ ਮੰਗ ਕੀਤੀ ਜਾਂਦੀ ਹੈ ਕੇਂਦਰ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ ਮਿਲਦੀ ਹੈ ਅਸੀਂ ਵਿਰੋਧ ਕਰਨਾ ਸੀ ਇਸ ਚੀਜ਼ ਦਾ ਪਰ ਅਸੀਂ ਪੈਰਲਰ ਆਪਣੀ ਇੱਕ ਗੱਲ ਉਸਾਰਤੀ ਕਿ ਸਾਨੂੰ ਵੀ ਤੁਸੀਂ ਥਾਂ ਦਿਓ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਚੰਡੀਗੜ੍ਹ ਸਾਰਾ ਹੈ ਹੀ ਪੰਜਾਬ ਦਾ ਦੂਜੇ ਪਾਸੇ ਕੁਛ ਦਿਨ ਪਹਿਲਾਂ ਆਹ ਵੀ ਖਬਰ ਬਾਹਰ ਨਿਕਲ ਕੇ ਆਈ ਸੀਗੀ ਪੰਜਾਬ ਸਰਕਾਰ ਹਾਈ ਕੋਰਟ ਦੀ ਵੀ ਮੰਗ ਕਰ ਰਹੀ ਹੈ ਕੇਂਦਰ ਸਰਕਾਰ ਤੋਂ ਪਰ ਸਵਾਲ ਇਹ ਹੈ ਕਿ ਜਿਸ ਗੱਲ ਦਾ ਵਿਰੋਧ ਕਰਨਾ ਬਣਦਾ ਸੀ ਅਸੀਂ ਚੁੱਪ ਚਪੀਤੇ ਉਸ ਗੱਲ ਦੇ ਵਿੱਚ ਹਾਮੀ ਜਿਤਾਈ ਜੋ ਲੱਗਦਾ ਜੋ ਫੇਸਬੁੱਕ ਟਵਿੱਟਰ ਦੇ ਤੁਹਾਡੇ ਟਵੀਟਾਂ ਤੋਂ ਲੱਗਦਾ ਕਿ ਚੁੱਪ ਕਰਕੇ ਅਸੀਂ ਉਹਦੇ 'ਚ ਹਾਮੀ ਜਿਤਾਈ ਜੋ ਸਾਡਾ ਹੱਕ ਸੀ ਚੰਡੀਗੜ੍ਹ ਦੇ ਉੱਤੇ ਉਸ ਹੱਕ ਦੇ ਉੱਤੋਂ ਅਸੀਂ ਆਪਣੇ ਹੱਥ ਖੜੇ ਕੀਤੇ ਬਾਕੀ ਤੁਸੀਂ ਬਿਹਤਰ ਸਮਝਾ ਸਕਦੇ ਹੋ ਕਿ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਸੀ ਜੋ ਪੰਜਾਬ ਸਰਕਾਰ ਦੀ ਕਾਰਜਕਾਰੀ ਸੀ ਭਗਵੰਤ ਸਿੰਘ ਮਾਨ ਹੋਰ ਦਾ ਟਵੀਟ ਸੀ ਉਹਨੂੰ ਅਸੀਂ ਕਿੱਥੇ ਰੱਖ ਕੇ ਦੇਖ ਸਕਦੇ ਹਾਂ ਇਸ ਜੋ ਵੱਡੀ ਫਰੇਮ ਹੈ ਸਿਆਸਤ ਦੀ ਹਰਿਆਣੇ ਦੀ ਪੰਜਾਬ ਦੀ ਚੰਡੀਗੜ੍ਹ ਦੀ ਜੋ ਫਰੇਮ ਹੈ ਡਿਸਪਿਊਟ ਹੈ ਨਾ ਨਿਬੜਨ ਵਾਲਾ ਇਹ ਮਾਮਲਾ ਤੁਸੀਂ ਬਿਹਤਰ ਦੱਸ ਸਕਦੇ ਹੋ ਇਸ ਨਾਲ ਜੀ ਸੇਖੋਂ ਸਾਹਿਬ ਮੇਰੇ ਖਿਆਲ ਤੁਸੀਂ ਬਹੁਤ ਜਿਹੜੀ ਗੱਲ ਸ਼ੁਰੂ ਕੀਤੀ ਆ ਕਿ ਚੰਡੀਗੜ੍ਹ ਅਸੀਂ ਸਾਰੇ ਪੋਲੀਟੀਸ਼ੀਅਨ ਅਸੀਂ ਵੀ ਕਹਿੰਦੇ ਹਾਂ ਸਿੰਬੋਲਿਕ ਤੌਰ ਦੇ ਉੱਤੇ ਕਿ ਇਹ ਪੰਜਾਬ ਦਾ ਹੈ ਪੰਜਾਬ 'ਚ ਆਉਣਾ ਚਾਹੀਦਾ ਹੈ ਪੰਜਾਬ 'ਚ ਮਿਲਣਾ ਚਾਹੀਦਾ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਜਦੋਂ 1985 ਦੇ ਵਿੱਚ ਸਮਝੌਤਾ ਹੋਇਆ ਸੀ ਸੰਤ ਲੌਂਗੋਵਾਲ ਅਤੇ ਰਾਜੀਵ ਗਾਂਧੀ ਦੇ ਵਿੱਚ ਉਹਦੇ ਵੀ ਚੰਡੀਗੜ੍ਹ ਦਾ ਮਸਲਾ ਆਇਆ ਸੀ ਅਤੇ ਔਰ 86 26 ਜਨਵਰੀ ਨੂੰ ਇਸ ਪਾਸੇ ਵੱਲ ਪੰਜਾਬ ਦੇ ਵੱਸ ਦੇਣਾ ਸੀਗਾ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਇਹ ਇੱਕ ਬਹੁਤ ਪੜਚੋਰ ਕਰਨ ਦੀ ਲੋੜ ਹੈ ਕਿ ਜਿਹੜੇ ਲੋਕ ਖਾਸ ਕਰਕੇ ਪੋਲੀਟੀਕਲ ਲੀਡਰਸ ਨੇ ਚੰਡੀਗੜ੍ਹ ਦਾ ਨਾਂ ਵਰਤ ਕੇ ਚੰਡੀਗੜ੍ਹ ਨੂੰ ਇਸ਼ੂ ਬਣਾ ਕੇ ਰਾਜਨੀਤੀ ਤਾਂ ਲੰਮੇ ਸਮੇਂ ਤੋਂ ਕਰਦੇ ਆਏ ਆ ਪਰ ਉਹਦੇ ਵਾਸਤੇ ਕੋਈ ਕੰਕਰੀਟ ਕੰਮ ਜਿਹੜਾ ਵਾ ਉਹ ਨਹੀਂ ਕੀਤਾ ਕਿਉਂਕਿ ਇਹ ਸਾਰੇ ਲੋਕਾਂ ਦੇ ਇੰਟਰਸਟ ਜਿਹੜੇ ਆ ਇਹ ਚੰਡੀਗੜ੍ਹ ਦੇ ਵਿੱਚ ਹੈ ਔਰ ਜੇ ਮੋਟੇ ਤੌਰ 'ਤੇ ਦੇਖਿਆ ਵਾ ਜਿਸ ਕਿਸਮ ਦਾ ਕਿਉਂਕਿ ਜਿਸ ਸਮੇਂ ਪ੍ਰਤਾਪ ਸਿੰਘ ਕਰਮਵਾਲੀ ਚੰਡੀਗੜ੍ਹ ਵਸਾਇਆ ਗਿਆ ਸੀ ਉਦੋਂ ਇਹ ਸੀਗਾ ਕਿ ਇਹ ਜਿਹੜਾ ਹੈਗਾ ਵਾ ਬਾਊਆਂ ਦਾ ਸ਼ਹਿਰ ਹੋਊਗਾ ਔਰ ਇਹਦੇ ਵਿੱਚ ਲੋਕ ਕਿਉਂਕਿ ਸੈਕਟਰੀਏਟ ਆਊਗਾ ਰਾਜਧਾਨੀ ਆਉਣੀ ਸੀ ਉਦੋਂ ਤਾਂ ਹਰਿਆਣਾ ਨਹੀਂ ਸੀ ਬਣਿਆ ਜਾਂ ਸਾਰੇ ਦਫ਼ਤਰ ਆਉਣਗੇ ਤਾਂ ਉਹੀ ਲੋਕ ਰਹਿਣਗੇ ਪਰ ਹੌਲੀ ਹੌਲੀ ਤੁਸੀਂ ਦੇਖਿਆ ਵੀ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਨਾਲ ਨਾਲ ਕਿਸ ਕਿਸਮ ਦੇ ਤਨਾਟ ਕਿਸ ਕਿਸਮ ਦੇ ਪੋਲੀਟੀਸ਼ੀਅਨ ਕਿਸ ਕਿਸਮ ਦੇ ਲੋਕ ਜਿਹੜੇ ਆ ਉਹ ਚੰਡੀਗੜ੍ਹ ਦੇ ਵਿੱਚ ਪਹੁੰਚੇ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੰਡੀਗੜ੍ਹ ਦਾ ਸਾਰਾ ਜਿਹੜਾ ਡੈਮੋਗ੍ਰਾਫਿਕ ਸਟਰਕਚਰ ਹੈਗਾ ਵਾ ਜਿਹੜਾ ਜਨਸੰਖਿਆ ਵਾਲਾ ਉਹ ਬਿਲਕੁਲ ਬਦਲ ਗਿਆ ਹੈ ਔਰ ਉਹ ਜਨਸੰਖਿਆ ਦੇ ਢਾਂਚੇ ਬਦਲਣ ਦੇ ਨਾਲ ਹੀ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਹੁਣ ਮੌਜੂਦਾ ਸਮੱਸਿਆ ਵਾ ਇਹ ਉਹ ਉਸ ਪਾਸੇ ਵੱਲ ਜਾ ਰਹੀਆਂ ਵਾ ਜਿਸ ਤਰੀਕੇ ਦੇ ਨਾਲ ਹਰਿਆਣੇ ਦੀ ਗੱਲ ਕਰ ਲਈਏ ਜਾਂ ਆਪਾਂ ਜਿਹੜੀ ਬੀਜੇਪੀ ਦੀ ਸਰਕਾਰ ਵਾ ਉਹ ਇਸ ਵੇਲੇ ਉਹਨਾਂ ਨੂੰ ਲੱਗ ਗਿਆ ਵੀ ਸਿਚੁਏਸ਼ਨ ਸਾਡੀ ਬਹੁਤ ਫੇਵਰੇਬਲ ਹੈ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜੀਆਂ ਲੀਡਰਸ਼ਿਪ ਜਿਹੜੇ ਖਾਸ ਕਰਕੇ ਠੀਕ ਆ ਭਗਵੰਤ ਮਾਨ ਦੀ ਆਪਾਂ ਗੱਲ ਬਾਅਦ 'ਚ ਕਰਾਂਗੇ ਉਹ ਟਰੈਪ ਹੋ ਗਿਆ ਜਿਹੜੇ ਅਕਾਲੀ ਜਾਂ ਕਾਂਗਰਸੀ ਇਸ ਵੇਲੇ ਬਹੁਤ ਸਾਰਾ ਰੌਲਾ ਪਾਉਂਦੇ ਆ ਉਹਨਾਂ ਨੂੰ ਪੁੱਛਣ ਦੀ ਗੱਲ ਆ ਵੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹਦੇ ਬਾਰੇ ਕੀ ਕੰਕ੍ਰੀਟ ਜਿਹੜੇ ਹੈਗੇ ਸੀਗੇ ਕੋਈ ਸਟੈਪ ਲਏ ਆ ਇਹ ਸਿਰਫ ਮੁੱਦੇ ਨੂੰ ਜਾਰੀ ਰੱਖਣ ਵਾਸਤੇ ਰਾਜਨੀਤੀ ਨੂੰ ਚਮਕਾਉਣ ਵਾਸਤੇ ਹਾਲਾਤ ਹੁਣ ਇਸ ਵੇਲੇ ਬਹੁਤ ਬਦਲ ਗਏ ਆ ਸਿਰਫ ਮੁੱਦਿਆਂ ਨਾਲ ਗੱਲ ਨਹੀਂ ਬਣਦੀ ਜਿੰਨਾ ਚਿਰ ਤੁਸੀਂ ਖੁੱਲ੍ਹ ਕੇ ਕੋਈ ਜਿਹੜਾ ਨੂੰ ਕਹਿੰਦੇ ਆ ਕਿ ਗੱਲ ਨਹੀਂ ਕਰਦੇ ਜਾਂ ਪੰਗਾ ਨਹੀਂ ਲੈਂਦੇ ਤੁਹਾਡੀ ਰਹੀ ਹੁਣ ਵਾਲੀ ਗੱਲ ਕਿ ਹੁਣ ਜਿਹੜਾ ਹੈਗਾ ਸੀ ਬੀਜੇਪੀ ਉੱਥੇ ਬੈਠੀ ਆ ਕਾਂਗਰਸ ਵਾਲੇ ਦੇ ਅਕਾਲੀਏ ਵੀ ਪੰਜਾਬ 'ਚੋਂ ਬਾਹਰ ਆ ਉਹ ਚਾਹੁਣਗੇ ਕਿ ਇਹ ਸਰਕਾਰ ਜਿਹੜੀ ਹੈਗੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਇਹੋ ਜਿਹੀਆਂ ਗੱਲਾਂ ਦੇ ਵਿੱਚ ਟਰੈਪ ਹੋ ਜਾਏ ਕਿ ਜਿਹਦੇ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਟਰੈਪ ਹੋ ਗਈ ਆ ਬੀਜੇਪੀ ਇਹ ਬਹੁਤ ਸ਼ਰਾਰਤਾਂ ਹੋਰ ਕਰਨਗੇ ਉਹਨਾਂ ਨੂੰ ਇਹ ਬੇਸਿਕਲੀ ਇਹ ਬੀਜੇਪੀ ਦਾ ਇੱਕ ਟਰੈਪ ਸੀਗਾ ਕਿ ਉਹਨਾਂ ਨੇ ਉਹਨਾਂ ਨੂੰ ਕਹਿਤਾ ਕਿ ਅਸੀਂ ਤੁਹਾਨੂੰ ਆਪਣਾ ਇਹਦੇ ਵਿੱਚ ਬਣਾਉਣ ਵਾਸਤੇ ਜਿਹੜਾ ਇੱਕ ਦੇ ਦਿੰਦੇ ਵੱਖਰਾ ਵਿਧਾਨ ਸਭਾ ਜਿਹੜਾ ਉਹਦਾ ਭਵਨ ਬਣਾਉਣ ਲਈ ਦੇ ਦਿੰਦੇ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਨਾਲ ਇਹ ਬਹੁਤ ਭਾਵਕ ਮੁੱਦਾ ਹੈ ਔਰ ਪੰਜਾਬ ਲੰਮੇ ਸਮੇਂ ਤੱਕ ਜਿਹੜਾ ਹੈਗਾ ਵਾ ਇਹ ਤੋਂ ਕਲੇਮ ਕਰਦਾ ਆਇਆ ਵਾ ਭਾਵੇਂ ਕਿ ਉਹਦੇ ਲਈ ਬਹੁਤ ਜ਼ਰੀਆ ਸਿੰਸੀਅਰ ਐਫਰਟ ਨਹੀਂ ਕੀਤੀਆਂ ਗਈਆਂ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਕਾਂਗਰਸ ਅਤੇ ਅਕਾਲੀਆਂ ਦੇ ਸਮੇਂ ਦੇ ਵਿੱਚ ਜਿਹੜਾ ਕੋਟਾ ਪੰਜਾਬ ਦੇ
ਮੁਲਾਜ਼ਮਾਂ ਦਾ ਯੂਟੀ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਕੋਟਾ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ ਕਿਉਂਕਿ ਅਸੀਂ 2009-10 ਦੇ ਉੱਤੋਂ ਭਰਤੀ ਸਾਰੀ ਬੰਦ ਕਰਨੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਜਿਹੜੇ ਦੂਸਰੇ ਸਟੇਟ ਸੀ ਉਹਨਾਂ ਦੀ ਭਾਗੀਦਾਰੀ ਵੱਧ ਗਈ। ਇਹੀ ਹਾਲ ਸਾਡਾ ਜਿਹੜਾ ਹੋਰ ਮੁੱਦੇ ਸੀ ਜਿਹੜਾ ਭਾਖੜਾ ਬਿਆਸ ਦੀ ਆਪਾਂ ਗੱਲ ਕਰਦੇ ਹਾਂ ਜਾਂ ਹੋਰ ਪਾਣੀਆਂ ਦੇ ਮੁੱਦੇ ਦੀ ਗੱਲ ਕਰਦੇ ਹਾਂ, ਤੁਹਾਡੇ ਕੋਲ ਉੱਥੇ ਭੇਜਣ ਵਾਲੇ ਬੰਦੇ ਜੇ ਤੁਸੀਂ ਭੇਜ ਵੀ ਦਿੰਦੇ ਤੁਹਾਡੇ ਕੋਲ ਮਗਰਲੇ ਪਾਸੇ ਹਲਕੀ ਆ। ਤਾਂ ਇਸ ਕਰਕੇ ਪਹਿਲੀ ਗੱਲ ਤਾਂ ਜਿਹੜੇ ਕ੍ਰਿਮੀਨਲ ਪਾਰਟ ਜਿਹੜਾ ਪਲੇ ਕੀਤਾ ਵਾ ਜਿਹੜੀਆਂ ਇੱਥੋਂ ਦੀਆਂ ਰਾਜ ਕਰਨ ਵਾਲੀਆਂ ਧਿਰਾਂ ਹੈਗੀਆਂ। ਬੀਜੇਪੀ ਦੇ ਹੁਣ ਹੱਥ ਲੰਬੇ ਹੋ ਗਏ, ਇੱਕ ਤਾਂ ਸੈਂਟਰ ਦੇ ਵਿੱਚ ਬੈਠੀ ਆ, ਇੱਕ ਹਰਿਆਣੇ 'ਚ ਬੈਠੀ ਆ। ਹਰਿਆਣਾ ਸਾਰੇ ਪਾਸਿਆਂ ਤੋਂ ਫਾਈਨੈਂਸ਼ੀਅਲ ਪਾਸੋਂ ਸਾਡੇ ਤੋਂ ਜ਼ਿਆਦਾ ਕੰਫਰਟੇਬਲ ਹੈਗਾ, ਭਾਵੇਂ ਕਿ ਕਿਸ ਸਮੇਂ ਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਕਾਲਜ ਉੱਥੋਂ ਲੈ ਕੇ ਦੂਸਰੇ ਪਾਸੇ ਲੈ ਗਏ ਸੀ, ਪਰ ਪਿੱਛੇ ਜੇ ਵੀ ਆਇਆ ਸੀਗਾ ਕਿ ਅਸੀਂ ਆਪਣਾ ਹਿੱਸਾ ਇੱਥੇ ਚਾਹੁੰਦੇ ਹਾਂ, ਅਸੀਂ ਉਹਨੂੰ ਗ੍ਰਾਂਟ ਦੇ ਦਿੰਦੇ ਹਾਂ ਕਿਉਂਕਿ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਵਿੱਚ ਜਿਹੜਾ ਸਾਡਾ ਸ਼ਹਿਰ ਸੀ ਚਾਹੇ ਦੋ ਹੀ ਚੀਜ਼ਾਂ ਇੰਪੋਰਟੈਂਟ ਹੈਗੀਆਂ ਵਾ। ਇੱਕ ਤਾਂ ਉਹਦੇ ਵਿੱਚ ਯੂਨੀਵਰਸਿਟੀ ਹੈਗੀ ਆ, ਪੀ ਜੀ ਆਈ ਤਾਂ ਪਹਿਲਾਂ ਆਲਰੇਡੀ ਸੈਂਟਰ ਗੌਰਮੈਂਟ ਨੂੰ ਚਲਾ ਸਕਦੀ ਆ, ਪੰਜਾਬ ਦਾ ਉਹਦਾ ਭਾਰ ਚੁੱਕਣਾ ਤਾਂ ਮੈਨੂੰ ਲੱਗਦਾ ਨਹੀਂ ਗਾ ਕਿ ਕੋਈ ਆਪਣੇ ਹਸਪਤਾਲ ਨਹੀਂ ਚੱਲਦੇ ਅਤੇ ਪੀ ਜੀ ਆਈ ਨੂੰ ਉਹਨੇ ਕੀ ਚੁੱਕਣਾ ਵਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਸੀ ਨਾ, ਹੌਲੀ 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 ਪੰਜਾਬ ਦਾ ਸਵਾਏ ਰੌਲਾ ਰੱਪਾ ਪਾਉਣ ਤੋਂ ਜਿਹੜਾ ਸੋਲਿਡ ਕੇਸ ਹੋਣਾ ਚਾਹੀਦਾ ਵਾ ਉਹ ਹੌਲੀ ਹੌਲੀ ਇਹ ਗਵਾ ਬੈਠੇ। ਬੀਜੇਪੀ ਦੀ ਕੈਲਕੂਲੇਸ਼ਨ ਬਹੁਤ ਕਲੀਅਰ ਹੈਗੀ ਆ ਕਿ ਕਿਉਂਕਿ ਕਾਂਗਰਸ ਵੀ ਬਾਹਰ ਹੈਗੇ ਆ, ਅਕਾਲੀ ਵੀ ਜਿਹੜੇ ਬਾਹਰ ਬੈਠੇ ਆ, ਬੀਜੇਪੀ ਨੂੰ ਉਹ ਤਕੜਾ ਕਰਨ ਡਏ ਆ। ਹਰਿਆਣੇ ਦੇ ਵਿੱਚ ਬੀਜੇਪੀ ਹੈਗੀ ਆ, ਸੈਂਟਰ ਦੇ ਵਿੱਚ ਹੈਗੀ ਆ, ਜਿਸ ਤਰੀਕੇ ਨਾਲ ਉਹਨਾਂ ਨੇ ਫੈਸਲਾ ਕਰਕੇ ਉਹਨਾਂ ਨੂੰ ਜ਼ਮੀਨ ਦੇ ਦਿੱਤੀ ਆ। ਭਗਵੰਤ ਮਾਨ ਉਸ ਟ੍ਰੈਪ ਦੇ ਵਿੱਚ ਫਸ ਗਿਆ ਇਹ ਕਹਿ ਕੇ ਕਿ ਸਾਨੂੰ ਵੀ ਜਗ੍ਹਾ ਦਿਓ। ਇਹਦਾ ਮਤਲਬ ਹੈਗਾ ਕਿ ਨਾ ਤਾਂ ਜਾਂ ਤਾਂ ਉਹਨੂੰ ਸਮਝ ਨਹੀਂ ਹੈਗੀ ਜਾਂ ਉਹਦੇ ਐਡਵਾਈਜ਼ਰ ਜਿਹੜੇ ਹੈਗੇ ਆ। ਹੁਣ ਸਵਾਲ ਇੱਥੇ ਉੱਠਦਾ ਵਾ ਕਿ ਆਫਟਰ ਆਲ ਸਿਰਫ ਟਵੀਟ ਕਰਨ ਨਾਲ ਗੱਲ ਨਹੀਂ ਬਣਦੀ। ਇੱਕ ਸਭ ਤੋਂ ਵੱਡੀ ਅੱਜ ਕੱਲ੍ਹ ਪੰਜਾਬ ਦਾ ਸਮੱਸਿਆ ਜਾਂ ਬਿਮਾਰੀ ਸਾਰਿਆਂ ਨੂੰ ਹੋ ਗਈ ਆ ਕਿ ਉਹਨੂੰ ਲੱਗਦਾ ਵੀ ਟਵੀਟ ਕਰਨ ਦੇ ਨਾਲ ਜਿਹੜੀ ਮੈਂ ਟਵੀਟ ਕਰਦਾ ਵਾਂ ਜਾਂ ਮੈਂ ਫੇਸਬੁੱਕ 'ਤੇ ਕੋਈ ਚੀਜ਼ ਪਾਉਣਾ ਵਾਂ ਜਾਂ ਵਟਸਐਪ 'ਤੇ ਪਾਉਣਾ ਵਾਂ ਉਹਨੂੰ ਕਿੰਨੇ ਲੋਕ ਵੇਖਦੇ ਆ ਜਾਂ ਮੈਂ ਕਿਸ ਕਿਸਮ ਦਾ ਜਿਹੜਾ ਮੈਨੂੰ ਉਹਦੇ ਵਿੱਚੋਂ ਰਿਸਪੋਂਸ ਮਿਲਦਾ ਹੈ। ਪਰ ਉਹ ਸਾਰਾ ਕੁਝ ਕਹਿਣ ਤੋਂ ਖਾਸ ਕਰਕੇ ਇੱਕ ਜ਼ਿੰਮੇਵਾਰ ਪੋਜੀਸ਼ਨ 'ਤੇ ਬੈਠੇ ਬੰਦੇ ਲਈ ਕੋਈ ਵੀ ਇੱਕ ਅੱਖਰ ਲਿਖਣਾ ਜਾਂ ਲਾਈਨ ਲਿਖਣੀ ਉਹ ਕਿੰਨੀ ਕੁ ਘਾਤਕ ਸਿੱਧ ਹੋ ਸਕਦੀ ਆ ਜਾਂ ਕਿੰਨਾ ਕੁ ਨੂੰ ਬੈਕਫੁੱਟ 'ਤੇ ਲਿਆ ਸਕਦੀ ਆ ਜਾਂ ਕਿੰਨਾ ਕੁ ਉਹਦੀ ਨਮੋਸ਼ੀ ਪੈਦਾ ਕਰ ਸਕਦੀ ਆ। ਉਸੇ ਵੇਲੇ ਤੁਸੀਂ ਦੇਖਿਆ ਹੋਣਾ ਕਿ ਬੀਜੇਪੀ ਨੇ ਉਹਨਾਂ ਦੇ ਕਥਨ ਨੂੰ ਸਪੋਰਟ ਕਰ ਦਿੱਤਾ, ਇਹ ਬਹੁਤ ਵਧੀਆ ਗੱਲ ਕਰਦੇ ਆ। ਕਾਂਗਰਸ ਵਾਲਿਆਂ ਨੇ ਅਕਾਲੀਆਂ ਨੇ ਉੱਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਤੋ ਇਸ ਕਰਕੇ ਇਹ ਸਰਕਾਰ ਜਿਹੜੀ ਖਾਸ ਕਰਕੇ ਭਗਵੰਤ ਮਾਨ ਦੀ ਸਰਕਾਰ ਹੈਗੀ ਜਾਂ ਭਗਵੰਤ ਸਿੰਘ ਮਾਨ ਸਰਕਾਰ ਦਾ ਮਤਲਬ ਅੱਜ ਕੱਲ੍ਹ ਮੁੱਖ ਮੰਤਰੀ ਹੁੰਦਾ, ਪੁਰਾਣੀਆਂ ਸਰਕਾਰਾਂ 'ਚ ਇਹੀ ਹਾਲ ਹੁੰਦਾ ਸੀ, ਹੁਣ ਵਾਲੀਆਂ 'ਚ ਇਹੀ ਹਾਲ ਹੈਗਾ ਵਾ। ਕੋਈ ਵੀ ਮੁੱਖ ਮੰਤਰੀ ਕੋਈ ਇੰਨਾ ਟਾਈਮ ਨਹੀਂ ਹੈਗਾ ਜਾਂ ਆਪਾਂ ਕਹਿ ਦਈਏ ਕਿ ਮੁੱਖ ਮੰਤਰੀ ਆਫਟਰ ਆਲ ਉਹ ਵੀ ਵਿਅਕਤੀ ਹੈ ਨਾ, ਜੇ 4-6 ਮਹੀਨੇ ਪਹਿਲਾਂ ਕਿੱਦਾਂ ਦਾ ਵਿਅਕਤੀ ਸੀ ਤਾਂ 6 ਮਹੀਨਿਆਂ ਬਾਅਦ ਕੋਈ ਮੁੱਖ ਮੰਤਰੀ ਬਣਨ ਦੇ ਨਾਲ ਕੋਈ ਬਹੁਤ ਵੱਡਾ ਸੈਂਟ ਆਈਨਸਟਾਈਨ ਤਾਂ ਉਹਨੇ ਬਣ ਹੀ ਨਹੀਂ ਜਾਣਾ ਜਾਂ ਬਹੁਤ ਵੱਡਾ ਸੋਸ਼ਲ ਸੈਂਟਿਸਟ ਬਣ ਨਹੀਂ ਜਾਣਾ ਜਾਂ ਬਹੁਤ ਵੱਡਾ ਜਿਹੜਾ ਪੋਲੀਟੀਕਲ ਜਿਹੜਾ ਹੈਗਾ ਸਟੇਟਸਮੈਨ ਬਣ ਹੀ ਨਹੀਂ ਜਾਣਾ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਲੌਜਿਕ ਹੀ ਹੋ ਸਕਦਾ, ਇਹਨੇ ਸਵਾਲ ਬਹੁਤ ਖੜੇ ਕੀਤੇ। ਇੱਕ ਸਵਾਲ ਤਾਂ ਇਹ ਹੈਗਾ ਕਿ ਬੀਜੇਪੀ ਦੇ ਟ੍ਰੈਪ ਦੇ ਵਿੱਚ ਉਹ ਫਸ ਗਿਆ ਜਿਹੜਾ ਨਹੀਂ ਫਸਣਾ ਚਾਹੀਦਾ ਸੀ। ਦੂਸਰੀ ਗੱਲ ਹੈਗੀ ਆ ਕਿ ਜਿਹੜੀ ਉਹਦੇ ਐਡਵਾਈਜ਼ਰਸ ਹੈਗੇ ਆ ਕਿ ਉਹਨਾਂ ਨੇ ਇਸ ਕਿਸਮ ਦੀ ਗੱਲ ਤਾਂ ਨਹੀਂ ਕੀਤੀ ਕਿ ਜਿਹੜਾ ਇਹਦੀ ਸਟੇਟਮੈਂਟ, ਕਿਉਂਕਿ ਚੀਫ ਮਿਨਿਸਟਰ ਦੀ ਸਟੇਟਮੈਂਟ ਜਿਹੜੀ ਹੈਗੀ ਆ ਜਾਂ ਤਾਂ ਉਹ CMO ਤੋਂ ਤਿਆਰ ਹੁੰਦੀ ਆ, ਚੀਫ ਮਿਨਿਸਟਰ ਆਫਿਸ ਤੋਂ ਤਿਆਰ ਹੁੰਦੀ ਆ, ਜਾਂ ਉਹਨਾਂ ਦੇ ਘਰ ਦੇ ਵਿੱਚ ਜਾਂ ਇੱਧਰ ਉੱਧਰ ਜੋ ਲੋਕ ਬੈਠੇ ਆ ਜਿਹੜੇ ਉਸ ਜਿਹੜੀ ਵਰਡਿੰਗ ਨੂੰ ਤਿਆਰ ਕਰਦੇ ਆ ਕਿ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉੱਥੋਂ ਜਿਹੜੇ ਉਹਦੇ ਐਡਵਾਈਜ਼ਰ ਖਾਸ ਕਰਕੇ MLA ਦੇ ਨਾਲ ਜਾਂ ਮੰਤਰੀਆਂ ਦੇ ਨਾਲ ਜਾਂ ਮੁੱਖ ਮੰਤਰੀ ਦੇ ਉੱਤੇ ਜਿਹੜੇ ਲਾਏ ਆ ਜਾਂ ਕਿਸ ਕਿਸਮ ਦੀ ਜਿਹੜੀ ਉਹਨਾਂ ਦੀ ਡਿਪੈਂਡੈਂਸ ਜਿਹੜੀ ਆ ਉਹ ਜਿਹੜੇ ਇਹਨਾਂ ਦੇ ਸੈਂਟਰ ਦੇ ਵਿੱਚ ਬੈਠੇ ਹੋਏ ਜਿਹੜੇ ਹੈਗੇ ਆ ਉਹ ਲੀਡਰਸ਼ਿਪ ਹੈਗੀ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਇਹਨਾਂ ਦਾ ਕਥਨ ਜਿਹੜਾ ਹੈਗਾ ਵਾ ਇਹ ਇਹਨਾਂ ਨੂੰ ਕਾਫੀ ਮਾਰੂ ਹੋ ਸਕਦਾ, ਕਾਫੀ ਭਾਰਾ ਪੈ ਸਕਦਾ, ਘੱਟੋ ਘੱਟ ਪੋਲੀਟੀਕਲ ਲੈਵਲ ਦੇ ਉੱਤੇ ਕਿ ਉਹ ਲੋਕਾਂ ਨੂੰ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਦੇਖੋ ਉਹਨਾਂ ਨੇ ਏਜੰਡਾ ਦਿੱਤਾ। ਆਪਾਂ ਦੇਖਿਆ ਪਿੱਛੇ ਸੰਗਰੂਰ ਦੇ ਮਾਮਲੇ ਦੇ ਵਿੱਚ ਕਿੱਦਾਂ ਇਹਨਾਂ ਦੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਜਿਹੜੀਆਂ ਹੈਗੀਆਂ ਸੀ ਉਹ ਇਹਨਾਂ ਨੂੰ ਮਹਿੰਗੀਆਂ ਪਈਆਂ, ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਰਿਸਪੋਂਸ ਸੀਗਾ ਜਾਂ ਉਹਦੇ ਵਿੱਚ ਜਿਹੜੀ ਆਪਾਂ ਰੈਲੀ ਦੀ ਗੱਲ ਕਰਦੇ ਹਾਂ ਜਾਂ ਕੁਝ ਹੋਰ ਛੋਟੀਆਂ ਮੋਟੀਆਂ ਗਲਤੀਆਂ ਜਾਂ ਇਹ ਇਮੇਜ ਚਲਾ ਗਿਆ ਵੀ ਇਹ ਵਿਅਕਤੀ ਜਿਹੜਾ ਹੈਗਾ ਵਾ ਇਹ ਤਾਂ ਪੰਜਾਬ ਦੇ ਨਾਲੋਂ ਇਹਦੀ ਜਿਹੜੀ ਡਿਪੈਂਡੈਂਸ ਹੈਗੀ ਆ ਉਹ ਜਿਹੜੀ ਦੂਸਰੇ ਲੋਕਾਂ ਦੇ ਉੱਤੇ ਆ, ਦਿੱਲੀ ਵਾਲੇ ਲੋਕਾਂ ਦੇ ਆ ਜਿਹਨਾਂ ਨੂੰ ਲੋਕ ਇਹ ਵੀ ਕਹਿੰਦੇ ਆ ਵੀ ਓਆਰਐਸਐਸ ਦੀ BTM ਆ, BJP ਦੀ BTM ਆ, ਜਾਂ ਉਹਨਾਂ ਦਾ ਇੰਟਰਸਟ ਪੰਜਾਬ ਦੇ ਵਿੱਚ ਨਹੀਂ ਹੈ, ਉਹਨਾਂ ਦਾ ਇੰਟਰਸਟ ਸਿਰਫ ਇਹੀ ਹੈਗਾ ਕਿ ਪੰਜਾਬ ਦਾ ਮੋਢਾ ਵਰਤ ਕੇ ਅਸੀਂ ਹੋਰਨਾਂ ਸਟੇਟਾਂ ਦੇ ਵਿੱਚ ਐਕਸਪੈਂਡ ਕਰੀਏ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿਉਂਕਿ ਇਹ ਇੰਟਰਸਟੇਟ ਮੁੱਦਾ ਹੈਗਾ ਵਾ 1966 ਦੇ ਵਿੱਚੋਂ ਜੋ ਰੀਓਰਗਨਾਈਜੇਸ਼ਨ ਐਕਟ ਬਣਿਆ ਸੀਗਾ ਉਹਦੇ ਮੁਤਾਬਕ ਜਿਹੜਾ ਅਸੀਂ ਪੰਜਾਬ ਨੂੰ ਜਾਣਾ ਚਾਹੀਦਾ ਸੀ ਕਿਉਂਕਿ ਇਹ ਜਿਹੜਾ ਲੈਂਗੁਏਜ ਸਪੀਕਿੰਗ ਏਰੀਆ ਬਹੁਤ ਬਹੁਤ ਜ਼ਿਆਦਾ ਇਹ ਜਿਹੜਾ ਹੁੰਦਾ ਵਾ ਇਹ ਕਨਫਲਿਕਚੁਅਲ ਹੁੰਦਾ, ਕੰਟਰੋਵਰਸ਼ੀਅਲ ਹੁੰਦਾ, ਸਟੇਟਸ ਕੋ ਰਹਿੰਦਾ ਇਹਦੇ ਉੱਤੇ। ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ, 1966 ਤੋਂ ਬਾਅਦ ਉਸੇ ਤਰ੍ਹਾਂ ਕਿੰਨਾ ਬਣੀ ਗਈ ਹੈ। ਔਰ ਇਹਦਾ ਤਾਂ ਇਹੀ ਹੁੰਦਾ ਕਿ
ਤੁਸੀਂ ਇੱਕ ਵਿਜ਼ੀਬਲ ਹੋ ਕੇ ਜਿਹੜੇ ਮਸਲਿਆਂ ਕਰਕੇ ਇਹ ਚੰਡੀਗੜ੍ਹ ਦੇ ਵਿੱਚ ਕੋਈ ਸਮੱਸਿਆਵਾਂ ਹੈਗੀਆਂ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ ਚੰਡੀਗੜ੍ਹ ਦੇ ਵਿੱਚ ਤੁਸੀਂ ਉੱਥੇ ਇਹਨਾਂ ਦਾ ਰਾਇਸ਼ਮਾਰੀ ਕਰਾ ਕੇ ਵੇਖ ਲਓ, ਚੰਡੀਗੜ੍ਹ ਦੇ ਲੋਕ ਨਾ ਤਾਂ ਪੰਜਾਬ ਨਾਲ ਆਉਣਾ ਚਾਹੁੰਗੇ ਨਾ ਉਹ ਹਰਿਆਣੇ ਨਾਲ ਜਾਣਾ ਚਾਹੁੰਗੇ। ਔਰ ਸਭ ਨੂੰ ਪਤਾ ਕਿ ਜੇ ਅਸੀਂ ਪੰਜਾਬ ਨਾਲ ਆ ਗਏ ਤਾਂ ਉਹੀ ਹਾਲ ਹੋਊਗਾ ਜਿਹੜੇ ਪੰਜਾਬ ਦੇ ਵਿੱਚ ਮੋਹਾਲੀ ਦੇ ਵਿੱਚ ਜੋ ਹੋਣ ਡਿਆ ਵਾ ਜਾਂ ਦੂਸਰੇ ਪਾਸੇ ਹੋਣ ਡਿਆ ਜਾਂ ਦੂਸਰੇ ਪਰਲੇ ਪਾਸੇ ਵੱਲ ਹੋਣ ਡਿਆ। ਇਹ ਗੱਲ ਤਾਂ ਪੱਕੀ ਆ ਕਿ ਉਹ ਲੋਕ ਜਿਹੜੇ ਆ ਹੈਗੇ ਆ ਉਹ ਇਹਨੂੰ ਕਹਿਣਗੇ ਯੂਟੀ ਕਰਾਉਣ, ਪਰ ਇਹ ਜਿਹੜੀ ਬੀਜੇਪੀ ਸਰਕਾਰ ਹੈਗੀ ਆ ਇਹਨੂੰ ਯੂਟੀ ਤੋਂ ਕੋਈ ਹੋਰ ਅੱਗੇ ਲਿਜਾਣਾ ਚਾਹੁੰਦੀ ਆ। ਉਹਦਾ ਮਤਲਬ ਇਹ ਹੈਗਾ ਕਿ ਜਿਹੜਾ ਸਾਡਾ ਉੱਥੇ ਖਾਸ ਕਰਕੇ ਸਾਡਾ ਹਿੱਸਾ ਸੀਗਾ, ਹਿੱਸਾ ਅਸੀਂ ਕਦੇ ਨਾ ਬਣਾਉਂਦੇ ਹਾਂ, ਕੋਈ ਉੱਥੇ ਜ਼ਮੀਨ ਖੇਤੀ ਥੋੜ੍ਹੀ ਕਰਨੀ ਆ, ਸਾਡੇ ਉੱਥੇ ਮੁਲਾਜ਼ਮ ਹੋਣੇ ਚਾਹੀਦੇ ਆ, ਹਰ ਮਹਿਕਮੇ 'ਚ ਮੁਲਾਜ਼ਮ ਹੋਣੇ ਚਾਹੀਦੇ ਆ, ਸਾਡੀਆਂ ਜਿਹੜੀਆਂ ਉੱਥੇ ਸੰਸਥਾਵਾਂ ਉਹਦੇ ਵਿੱਚ ਸਾਡੀ ਇਨਵੋਲਵਮੈਂਟ ਹੋਣੀ ਚਾਹੀਦੀ ਆ, ਸਾਡੀ ਪਾਰਟੀਸਪੇਸ਼ਨ ਹੋਣੀ ਚਾਹੀਦੀ ਆ। ਔਰ ਜੇ ਉਹ ਪਾਰਟੀਸਪੇਸ਼ਨ ਅਸੀਂ ਵਿਡਰਾਅ ਕਰੀ ਜਾਂਦੇ ਹਾਂ ਜਾਂ ਜਿਸ ਕਿਸਮ ਦਾ ਪਿੱਛੇ ਤੁਸੀਂ ਦੇਖਿਆ ਹੋਣਾ ਕਿ ਇੰਪਲਾਈ ਸਾਰੇ ਉਹਨਾਂ ਨੇ ਜਿਹੜਾ ਹੈਗਾ ਸੀਗਾ ਉਹ ਯੂਟੀ ਕੇਡਰ ਦੇ ਵਿੱਚ ਲੈ ਗਏ ਆ, ਵੀ ਭਾਈ ਉਹਦਾ ਲੈ ਕੇ ਜਾਣਗੇ। ਪੰਜਾਬ ਯੂਨੀਵਰਸਿਟੀ ਦੇ ਟੀਚਰ ਮੰਨਦੇ ਆ ਵੀ ਸਾਨੂੰ ਸੈਂਟਰਲ ਜਿਹੜੀ ਹੈਗੀ ਆ ਯੂਨੀਵਰਸਿਟੀ ਬਣਾ ਦਿਉ, ਕਿਉਂਕਿ ਫੰਡ ਨਹੀਂ ਸਾਨੂੰ ਦੇਣ ਦਾ, ਸਾਨੂੰ ਤਨਖਾਹਾਂ ਟਾਈਮ ਸਿਰ ਨਹੀਂ ਮਿਲਦੀਆਂ ਜਾਂ ਸਾਨੂੰ ਜਿਹੜਾ ਇਹਨਾਂ ਨੇ ਜੋ ਹੈਗਾ ਬਣਦਾ ਉਹ ਨਹੀਂ ਬਣਿਆ। ਤਾਂ ਮੇਰੇ ਖਿਆਲ ਸਿਰਫ ਇਕੱਲਾ ਰੌਲਾ ਪਾਉਣ ਦੇ ਨਾਲ ਇਹ ਗੱਲ ਨਹੀਂ ਬਣਦੀ। ਹਾਂ, ਇਹ ਗੱਲ ਜ਼ਰੂਰ ਹੈਗੀ ਆ ਕਿ ਇਹ ਬੇ ਟਾਈਮ ਦੇ ਉੱਤੇ ਬੇਸਿਰਾ ਜਿਹੜਾ ਇਸ ਕਿਸਮ ਦਾ ਜਿਹੜਾ ਉਹ ਦੇ ਕੇ ਬਿਆਨ ਦੇ ਕੇ ਆਪਣੇ ਲਈ ਸਮੱਸਿਆ ਹੀ ਖੜੀਆਂ ਕੀਤੀਆਂ ਹੈ। ਨਾ ਤਾਂ ਸੈਂਟਰ ਗੌਰਮੈਂਟ ਨੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਕੋਈ ਉੱਥੋਂ ਇੰਨੀ ਜਲਦੀ ਕੋਈ ਜਗ੍ਹਾ ਦੇ ਦੇਣੀ ਆ। ਰਾਜਰ ਇਹ ਠੀਕ ਸੀਗਾ, ਇਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਠੀਕ ਆ ਹਰਿਆਣੇ ਨੂੰ ਦੇ ਦਿਉ 10 ਕਿੱਲੇ, ਦੇ ਦਿਉ 20 ਕਿੱਲੇ, ਪੰਚਕੂਲੇ ਦੇ ਦਿਉ, ਹੋਰ ਕਿਸੇ ਪਾਸੇ ਵੱਲ ਦੇ ਦਿਉ, ਪੰਜਾਬ ਦਾ ਖੇਸ ਆਪਣੇ ਆਪ ਹੀ ਤਕੜਾ ਹੁੰਦਾ। ਪਰ ਉਹ ਬੀਜੇਪੀ ਵਾਲੇ ਕਦੀ ਵੀ ਇੱਦਾਂ ਨਹੀਂ ਕਰਨਗੇ, ਉਹ ਵਿੱਚੋਂ ਹੀ ਇਹਦੇ ਕੱਢ ਕੇ ਜਿਹੜਾ ਹੈਗਾ 10 ਕਿੱਲੇ ਜਾਂ 20 ਕਿੱਲੇ ਜੋ ਦੇਣੇ ਹੈਗਾ ਚੰਡੀਗੜ੍ਹ ਵਿੱਚੋਂ ਕੱਢ ਕੇ ਦੇਣਗੇ, ਕਿਉਂਕਿ ਇਸ ਵੇਲੇ ਜਿਹੜੀ ਸੈਂਟਰ ਸਰਕਾਰ ਹੈਗੀ ਆ ਉਹਦੀ ਮਨਸ਼ਾ ਨੂੰ ਸਮਝਣ ਦੀ ਲੋੜ ਹੈ। ਸੈਂਟਰ ਸਰਕਾਰ ਦੀ ਜਿਹੜੀ ਹੈਗੀ ਆ ਉਹ ਪੰਜਾਬ ਪ੍ਰਤੀ ਰਵੱਈਏ ਨੂੰ ਸਮਝਣ ਦੀ ਲੋੜ ਹੈਗੀ ਆ। ਉਹ ਇੱਕ ਹੱਥ ਦੇ ਵਿੱਚ ਤਾਂ ਤੁਹਾਨੂੰ ਜਿਹੜਾ ਹੈਗਾ ਫੁੱਲੀਆਂ ਰੱਖਦੇ ਆ, ਦੂਸਰੇ ਹੱਥ ਦੇ ਵਿੱਚ ਡੰਡਾ ਰੱਖਦੇ ਆ, ਜਦੋਂ ਕਿ ਲੋਕਾਂ ਨੂੰ ਉਹਨਾਂ ਨੂੰ ਪਤਾ ਲੱਗਦਾ ਵੀ ਲੋਕਾਂ ਨੂੰ ਏਡੀ ਛੇਤੀ ਵਿਨ ਕਰਨਾ ਜਿਹੜਾ ਹੈਗਾ ਵਾ ਉਹ ਸੌਖਾ ਨਹੀਂ ਹੁੰਦਾ। ਪਰ ਇਸ ਕਿਸਮ ਦਾ ਟਰੈਪ ਕਰਕੇ ਔਰ ਉਹਦੇ ਵਿੱਚ ਮੁੱਖ ਮੰਤਰੀ ਜਾਂ ਹੋਰਨਾਂ ਲੋਕਾਂ ਨੂੰ ਟਰੈਪ ਕਰਕੇ ਉਹ ਪੰਜਾਬ ਦੇ ਵਿੱਚ ਇੱਕ ਹੋਰ ਕਿਸਮ ਦੀ ਹਾਸੋਹੀਣੀ ਸੱਸੋਪੰਜ ਵਾਲੀ ਸਿਚੁਏਸ਼ਨ ਪੈਦਾ ਕਰਨੀ ਚਾਹੁੰਦੇ ਆ। ਇਹ ਗੱਲ ਬਹੁਤ ਕਲੀਅਰ ਹੈਗੀ ਆ ਕਿ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਅਜੇ ਵੀ ਨਾ ਅਕਾਲੀ ਆਉਂਦੇ ਆ ਨਾ ਕਾਂਗਰਸੀ ਆਉਂਦੇ ਆ। ਜੇ ਇਹ ਸਰਕਾਰ ਚੰਗੀ ਤਰ੍ਹਾਂ ਨਹੀਂ ਚੱਲਦੀ ਜਾਂ ਸਰਕਾਰ ਇਸ ਕਿਸਮ ਦੀਆਂ ਜਿਹੜੀਆਂ ਹੈਗੀਆਂ ਵਾ ਇਹ ਜਿਹੜੀਆਂ ਖਾਸ ਕਰਕੇ ਬੱਜਰ ਗਲਤੀਆਂ ਕਰਦੀ ਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਹੋਰ ਕਿਸਮ ਦੀ ਸਮੱਸਿਆ ਇੱਥੇ ਪੈਦਾ ਹੋ ਸਕਦੀ ਆ। ਮੇਰਾ ਕਹਿਣ ਤੋਂ ਭਾਵ ਹੈ ਕਿ ਬੀਜੇਪੀ ਉਹ ਚਾਹੁੰਦੀ ਆ, ਅਕਾਲੀਆਂ ਨੂੰ ਉਹਨਾਂ ਬਿਲਕੁਲ ਨਸਲ ਕਰਕੇ ਰੱਖ ਦਿੱਤਾ, ਉਹਨਾਂ ਜਿੰਨਾ ਦਮ ਨਹੀਂ ਹੈਗਾ ਉਹ ਫਿਰ ਉਹਨਾਂ ਦੀ ਝੋਲੀ 'ਚ ਜਾਣ ਨੂੰ ਫਿਰਦੇ ਆ। ਉਹਨਾਂ ਦੇ ਜਿਹੜਾ ਹੈਗਾ ਸੀ ਪ੍ਰੈਜੀਡੈਂਟ ਆ ਉਹਨੂੰ ਜਿਹੜੀ ਹੈਗੀ ਆ ਮਦਦ ਕਰਨ ਡਿਆ ਆ। ਕਾਂਗਰਸ ਦੇ ਵੈਸੇ ਪੱਲੇ ਕੁਛ ਨਹੀਂ ਗਾ, ਉੱਤੋਂ ਲੈ ਕੇ ਥੱਲੇ ਤੱਕ ਕਿਸੇ ਵੇਲੇ ਵੀ ਖਿੱਲਰ ਸਕਦੇ ਆ, ਅਤੇ ਵੈਕਿਊਮ ਦੇ ਵਿੱਚ ਕਦੀ ਜਿਹੜੀ ਕੋਈ ਚੀਜ਼ ਨਹੀਂ ਵਾਪਰਦੀ ਰਾਜਨੀਤੀ। ਤਾਂ ਇਸ ਕਰਕੇ ਇਸ ਸਰਕਾਰ ਨੂੰ ਖਾਸ ਕਰਕੇ ਭਗਵੰਤ ਮਾਨ ਨੂੰ ਬਹੁਤ ਸੋਚ ਸਮਝ ਕੇ ਬਹੁਤ ਸਲਾਹ ਦੇ ਨਾਲ ਜਾਂ ਜਿਹੜਾ ਖਾਸ ਕਰਕੇ ਉਹ ਪੰਜਾਬ ਦਾ ਮੁੱਖ ਮੰਤਰੀ ਹੈਗਾ, ਕੁਝ ਚੀਜ਼ਾਂ ਸਾਡੇ ਨਾਲ ਭਾਵੁਕਤਾ ਨਾਲ ਜੁੜੀਆਂ ਹੈਗੀਆਂ ਵਾ, ਕੁਝ ਚੀਜ਼ਾਂ ਸਾਡੀ ਆਰਥਿਕਤਾ ਨਾਲ ਜੁੜੀਆਂ ਹੈਗੀਆਂ, ਕੁਝ ਚੀਜ਼ਾਂ ਮੋਟੇ ਤੌਰ 'ਤੇ ਰਾਜਨੀਤਿਕ ਮੁੱਦਿਆਂ ਨਾਲ ਜੁੜੀਆਂ ਹੋਈਆਂ ਵਾ। ਔਰ ਇਹੋ ਜਿਹੜੇ ਖਾਸ ਕਰਕੇ ਸਟੇਟਮੈਂਟ ਹੁੰਦੀ ਆ ਉਹ ਕਈ ਵਾਰੀ ਉਹਦੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਾਂ ਕਿਸੇ ਸਮੇਂ ਵੀ ਜਿਹੜੀ ਹੈਗੀ ਆ ਉਹ ਤੁਹਾਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਆ। ਜੇ ਇਸੇ ਮਸਲੇ 'ਤੇ ਇਹਨਾਂ ਦਾ ਵਿਰੋਧ ਸ਼ੁਰੂ ਕਰ ਦੇਣ, ਬਹੁਤ ਸਾਰੇ ਗਰੁੱਪ ਬੈਠੇ ਵਿਰੋਧ ਕਰਨ ਵਾਸਤੇ, ਤੁਹਾਨੂੰ ਤਾਂ ਹਰ ਕਿਸਮ ਦਾ ਗਰੁੱਪ ਜਿਹੜਾ ਹੈਗਾ ਵਾ, ਕੋਈ ਕਹਿੰਦਾ ਸਾਡੀ ਇਹ ਬਾਬੇ ਦੀ ਫੋਟੋ ਲਾ ਦਿਉ ਬੱਸਾਂ ਦੇ ਉੱਤੇ, ਕੋਈ ਕਹਿੰਦਾ ਆਹ ਲਾ ਦਿਉ ਉਹਦੇ ਉੱਤੇ, ਕੋਈ ਕਹਿੰਦਾ ਕੁਛ ਕਰ ਦਿਉ। ਦੂਸਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਤਿਆਰ ਬੈਠੀਆਂ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਘੇਰਿਆ ਜਾਵੇ। ਬੀਜੇਪੀ ਵੀ ਇੱਕ ਇਸ ਪਹੁੰਚ ਦੇ ਵਿੱਚ ਹੈਗੀ ਆ ਵੀ ਕਿਸੇ ਨਾ ਕਿਸੇ ਤਰੀਕੇ 'ਚ ਡੀਮੋਰਲਾਈਜੇਸ਼ਨ ਲਿਆ ਕੇ ਇਹਨਾਂ ਦੇ ਵੱਡੇ ਧੜੇ ਨੂੰ ਜਿਹੜਾ ਹੈਗਾ ਵਾ ਉਹਨੂੰ ਤੋੜਿਆ ਜਾਵੇ ਜਾਂ ਜਿੱਦਾਂ ਉਹ ਦੂਸਰੀਆਂ ਸਟੇਟਾਂ 'ਚ ਕਰਦੀ ਉਹ ਕਰਦੀ ਹੋਵੇ। ਤਾਂ ਮੇਰਾ ਖਿਆਲ ਆ ਕਿ ਇਹ ਸਰਕਾਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਆ ਵੀ ਕੋਈ ਵੀ ਪੰਜਾਬ ਦੇ ਹਿੱਤ ਨਾਲ ਸੰਬੰਧਿਤ ਮਸਲਾ ਹੈਗਾ ਉਹਦੇ ਬਾਰੇ ਕੋਈ ਵੀ ਸਟੇਟਮੈਂਟ ਦੇਣ ਤੋਂ ਪਹਿਲਾਂ ਉਹਦੀ ਹਿਸਟਰੀ, ਉਹਦਾ ਸਮਕਾਲੀ ਅਤੇ ਲੋਕਾਂ ਦਾ ਉਸ ਚੀਜ਼ ਪ੍ਰਤੀ ਜਿਹੜਾ ਹੈਗਾ ਵਾ ਲਗਾ ਉਹਨੂੰ ਸੋਚ ਕੇ ਹੀ ਕਰੇ ਤਾਂ ਬਹੁਤ ਚੰਗਾ ਹੋਊਗਾ। ਜੀ ਬਿਲਕੁਲ, ਸੇਖੋਂ ਸਾਹਿਬ ਜਦੋਂ ਤੁਸੀਂ ਇੱਕ ਗੱਲ ਕੀਤੀ, ਤੁਸੀਂ ਕਿਹਾ ਕਿ ਜਾਂ ਤਾਂ ਆਪਾਂ ਮੁੱਦੇ ਦੀ ਸਮਝ ਨਹੀਂ ਮੰਨ ਸਕਦੇ ਸੀਐਮ ਸਾਹਿਬ ਨੂੰ, ਜਾਂ ਫਿਰ ਜੋ ਆਲੇ ਦੁਆਲੇ ਸਲਾਹਕਾਰ ਕਮੇਟੀ ਹੁੰਦੀ ਹੈ, ਸਲਾਹਕਾਰ ਟੀਮ ਹੁੰਦੀ ਹੈ ਆਪਣੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਰੱਖਦੇ, ਪਰ ਦੇਖੋ ਮੁੱਦੇ ਦੀ ਸਮਝ ਨਾ ਹੋਣਾ ਜਾਂ ਭਗਵੰਤ ਮਾਨ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਧਿਆਨ ਦੇ ਵਿੱਚ ਲਿਆਏ ਬਿਨਾਂ ਉਹਨਾਂ ਦੇ ਟਵਿੱਟਰ ਹੈਂਡਲ ਸੋਸ਼ਲ ਮੀਡੀਆ ਉੱਤੇ ਇੱਕ ਗੱਲ ਸਾਂਝੀ ਕਰਨਾ, ਦੋਨੋਂ ਗੱਲਾਂ ਖਤਰਨਾਕ ਮੰਨ ਸਕਦੇ ਹਾਂ ਨਾ ਪੰਜਾਬ ਦੇ ਲਈ ਆਪਾਂ। ਦੇਖੋ ਭਗਵੰਤ ਮਾਨ ਠੀਕ ਆ, ਮੈਂ ਕੋਈ ਰਵਾਇਤੀ ਸਟੇਟ ਉਹ ਨਹੀਂ ਹੈਗਾ,
ਭਗਵੰਤ ਮਾਨ ਹੀ ਹੈ ਨਾ, 4-6 ਮਹੀਨੇ 8 ਮਹੀਨੇ ਪਹਿਲਾਂ ਕਿਸ ਕਿਸਮ ਦਾ ਭਗਵੰਤ ਮਾਨ ਸੀਗਾ, ਹੁਣ ਚੀਫ ਮਿਨਿਸਟਰ ਬਣ ਗਿਆ। ਬਿਊਰੋਕਰੇਸੀ ਭਾਰੀ ਹੈ, ਬਿਊਰੋਕਰੇਸੀ 'ਚ ਕਿੰਨੇ ਕੁ ਲੋਕ ਉਹ ਬੈਠੇ ਆ ਜਿਨ੍ਹਾਂ ਦਾ ਹਿੱਤ ਪੰਜਾਬ ਦੇ ਵਿੱਚ ਹੋਊਗਾ, ਭਾਵੇਂ ਨਿਊਟਰੈਲਿਟੀ ਹੈਗੀ ਆ। ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਜਾਂ ਜਿਹੜੀ ਯੂਨੀਵਰਸਿਟੀ ਦੇ ਵਿੱਚ ਜਿਸ ਕਿਸਮ ਦੇ ਲੋਕ ਬੈਠੇ ਆ, ਉਹਨਾਂ ਦਾ ਕੋਈ ਬਹੁਤਿਆਂ ਦਾ ਕੁਝ ਨੂੰ ਛੱਡ ਕੇ ਕਿਸੇ ਦਾ ਇੰਟਰਸਟ ਪੰਜਾਬ ਦੇ ਵਿੱਚ ਨਹੀਂ ਆ। ਅਸੀਂ ਆਪ ਸੁਣਦੇ ਵੇਖੇ ਆ ਮੀਡੀਆ ਦੇ ਵਿੱਚ, ਯਾਰ ਇਹ ਪੰਜਾਬ ਜਿਹੜਾ ਹੈਗਾ ਯੂਨੀਵਰਸਿਟੀ ਸੈਂਟਰਲ ਬਣ ਜਾਣੀ ਚਾਹੀਦੀ ਆ ਅਤੇ ਯੂਟੀ ਜਿਹੜੀ ਪੱਕੀ ਯੂਟੀ ਹੋ ਜਾਣੀ ਚਾਹੀਦੀ ਆ, ਕਿਉਂਕਿ ਕਿਸੇ ਨੇ ਸੋਚਿਆ ਹੀ ਨਹੀਂਗਾ ਵੀ ਇਹਦੀ ਰਿਕਰੂਟਮੈਂਟ ਦੇ ਵਿੱਚ ਸਾਡੇ ਪੰਜਾਬ ਦੀ ਹਿੱਸੇਦਾਰੀ ਹੋਣੀ ਚਾਹੀਦੀ ਆ। ਕਿਸੇ ਨੇ ਸੋਚਿਆ ਹੀ ਨਹੀਂ ਆ ਕਿ ਸਾਡੀ ਉੱਥੇ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਇੰਟਰਵੀਨ ਕਰੀਏ। ਸਿਰਫ ਆਪਣੀ ਉਹ ਜਿਹੜੀਆਂ ਬਣਾ ਲਈਆਂ ਜਥੇਬੰਦੀਆਂ ਬਣਾ ਲਈਆਂ, ਉਹਦੇ ਵਿੱਚੋਂ ਸੋਪੂ ਬਣਾ ਲਿਆ ਜਾਂ ਦੂਸਰਾ ਤੀਸਰਾ ਬਣਾ ਲਿਆ, ਔਰ ਉਹਦੇ ਵਿੱਚੋਂ ਜਿਹੜੀ ਰਾਜਨੀਤੀ ਦੇ ਵਿੱਚੋਂ ਕੀ ਨਿਕਲਣ ਡਿਆ ਉਹਦੇ ਵਿੱਚੋਂ। ਤਾਂ ਭਗਵੰਤ ਮਾਨ ਇਹ ਮਸਲੇ ਬਹੁਤ ਗਹਿਰੇ ਆ। ਮੈਂ ਨਹੀਂ ਕਹਿੰਦਾ ਭਗਵੰਤ ਮਾਨ 4 ਮਹੀਨਿਆਂ 3 ਮਹੀਨਿਆਂ 'ਚ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਸਿਆਣਾ ਹੋ ਗਿਆ ਜਾਂ ਉਹਨੂੰ ਸਾਰੀ ਸਮਝ ਹੋ ਗਈ। ਆਫਟਰ ਆਲ ਕਿੰਨੇ ਕੰਮ ਆ ਉਹਦੇ ਕੋਲ, ਦੁਨੀਆ ਭਰ ਦੇ ਉਹਦੇ ਕੋਲ ਕੰਮ ਆ। ਗੈਂਗਸਟਰਾਂ ਨੂੰ ਉਹਨੇ ਡੀਲ ਕਰਨਾ ਹੈਗਾ, ਸਮਗਲਿੰਗ ਦੇ ਕੇਸ ਉਹ ਚੱਲ ਡੀਲ ਕਰਨ ਵਾਲੇ ਹੈਗੇ, ਲਾਅ ਐਂਡ ਆਰਡਰ ਇੱਥੇ ਹੈਗਾ ਵਾ, ਹੋਰ ਕਿਸਾਨਾਂ ਦੇ ਮਸਲੇ ਇੱਥੇ ਹੈਗੇ ਆ। ਤਾਂ ਮੇਰਾ ਖਿਆਲ ਹੈ ਕਿ ਭਗਵੰਤ ਮਾਨ ਨੂੰ ਚਾਹੀਦਾ ਕਿ ਇੱਥੇ ਤੁਹਾਡੇ ਕੋਲ ਬੜੇ ਦਾਨਿਸ਼ਮੰਦ ਲੋਕ ਆ, ਚੰਡੀਗੜ੍ਹ ਦੇ ਵਿੱਚ ਵੀ ਬੈਠੇ ਹੈਗੇ ਆ, ਕਿ ਜਿਹੜੇ ਬੰਦੇ ਪੰਜਾਬ ਦੇ ਹਿੱਤਾਂ ਬਾਰੇ ਜਾਂ ਇਹਨਾਂ ਬਾਰੇ ਖਾਸ ਕਰਕੇ ਜਿਹੜੇ ਜਿਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ ਇੰਟਰ ਸਟੇਟ ਜਿਹੜਾ ਇਸ ਕਿਸਮ ਦੇ ਕੋਨਫਲਿਕਟ ਦੇ ਉੱਤੇ ਚੰਡੀਗੜ੍ਹ ਦੇ ਉੱਤੇ, ਉਹਨਾਂ ਨੂੰ ਕਿਸੇ ਨਾ ਕਿਸੇ ਦੀ ਸਲਾਹ ਲੈਣੀ ਚਾਹੀਦੀ ਹੈ। ਸਿਰਫ ਬਿਊਰੋਕਰੇਸੀ ਦੇ ਉੱਤੇ ਜਾਂ ਜਿਹੜੇ ਉਹਨਾਂ ਦੇ ਨਵੇਂ ਮਾਏ ਇੱਧਰੋਂ ਬੰਦੇ ਕੋਈ ਐਡਵਾਈਜ਼ਰੀ ਹੈਗੀ ਆ ਜੋ ਦੂਹਰੀ ਤੀਹਰੀ ਆ, ਉਹ ਉਹਨਾਂ 'ਤੇ ਡਿਪੈਂਡੈਂਟ ਰਹਿ ਕੇ ਹੋਰ ਗਲਤੀਆਂ ਕਰਨਗੇ, ਔਰ ਇਹ ਗਲਤੀਆਂ ਜਿਹੜੀਆਂ ਇਰਿਵਰਸੀਬਲ ਨਹੀਂ ਹੁੰਦੀਆਂ। ਇਹ ਗੱਲ ਬਹੁਤ ਕਲੀਅਰ ਕਰ ਦਿੱਤੀ ਤੁਸੀਂ। ਆਪਾਂ ਹੁਣ ਕਿਤੇ ਵੀ ਸ਼ਾਇਦ ਦੁਨੀਆ 'ਚ ਇੱਦਾਂ ਨਹੀਂ ਹੁੰਦਾ ਜਿਹੜਾ ਇਹਨਾਂ ਦੇ ਨਾਲ ਹੋਇਆ, ਕਿ 3 ਮਹੀਨੇ ਪਹਿਲਾਂ ਇਹਨਾਂ ਦੀ ਵਾਹਵਾਹ ਹੋਈ ਸੀਗੀ, 3 ਮਹੀਨਿਆਂ ਬਾਅਦ ਇਹਨਾਂ ਦਾ ਲੋਕਾਂ ਨੇ ਭਾਂਡਾ ਮੋਧਾ ਕਰ ਦਿੱਤਾ। ਕਿਸੇ ਨੂੰ ਵੀ ਆਸ ਨਹੀਂ ਸੀਗੀ ਕੋਈ ਵੀ ਰਾਜਨੀਤਿਕ ਵਿਚਾਰਵਾਨ ਜਿਹੜਾ ਸੀਗਾ, ਪਰ ਲੋਕਾਂ ਨੇ ਬਹੁਤ ਸਮਝਦਾਰੀ ਨਾਲ ਕੰਮ ਕੀਤਾ ਔਰ ਵੈਥੀ ਪਾਰਟੀਆਂ ਵਾਲੇ ਪਾਸੇ ਨਹੀਂ ਮੁੜੇ। ਉਹਨਾਂ ਨੂੰ ਪਤਾ ਕਿ ਅਸੀਂ ਆਹ ਠੀਕ ਆ ਚਲਾ ਦਿਓ ਕੰਮ, ਇਹਨਾਂ ਨੂੰ ਸਭ ਕੁਛ ਸਿਖਾਉਣਾ ਵਾ। ਤਾਂ ਜੇ ਇੱਦਾਂ ਦੀਆਂ ਬਜ਼ਰ ਗਲਤੀਆਂ ਕਰਨਗੇ ਤਾਂ ਮੇਰਾ ਖਿਆਲ ਇਹਨਾਂ ਦਾ ਪਿੰਡਾਂ 'ਚ ਵੜਨਾ ਔਖਾ ਹੋ ਜਾਊਗਾ, ਇਹਨਾਂ ਦੇ ਲੋਕਾਂ ਨਾਲ ਕੰਟੈਕਟ ਪ੍ਰੋਬਲਮ ਕਰਨਾ ਔਖਾ ਹੋ ਜਾਊਗਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਚੀਫ ਮਿਨਿਸਟਰ ਬੋਲੇ ਘੱਟ, ਚੀਫ ਮਿਨਿਸਟਰ ਜ਼ਰੂਰੀ ਨਹੀਂ ਟਵਿੱਟਰ 'ਤੇ ਰਹਿਣਾ ਹੁੰਦਾ ਵਾ, ਜਾਂ ਜ਼ਰੂਰੀ ਨਹੀਂ ਤੁਸੀਂ ਆਪਣੇ ਫੋਲੋਅਰ ਹੀ ਦੇਖਣੇ ਹੁੰਦੇ ਆ। ਚੀਫ ਮਿਨਿਸਟਰ ਦੇ ਮੂੰਹੋਂ ਨਿਕਲਿਆ ਸ਼ਬਦ ਜਿਹੜਾ ਹੈਗਾ, ਉਹਦਾ ਕੋਈ ਨਾ ਕੋਈ ਮਗਰਲੇ ਪਾਸੇ ਜਵਾਬ ਦੇਣ ਵਾਸਤੇ ਬਹੁਤ ਸਾਰਾ ਇੱਕ ਖਾਕਾ ਤਿਆਰ ਕਰਨਾ ਪੈਂਦਾ। ਮੈਨੂੰ ਨਹੀਂ ਪਤਾ ਹੁਣ ਚੀਫ ਮਿਨਿਸਟਰ ਸਾਹਿਬ ਆਣ ਕੇ ਐਕਸਪਲੇਨ ਕਰਦੇ ਕਿ ਨਹੀਂ ਕਹਿੰਦੇ। ਹਾਂ, ਜੇ ਉਹ ਆਣ ਕੇ ਟੀਵੀ ਦੇ ਉੱਤੇ ਜਾਂ ਰੇਡੀਓ ਦੇ ਉੱਤੇ ਜਾਂ ਤੁਹਾਡੇ ਵਰਗੇ ਕਿਸੇ ਸੱਜਣ ਨਾਲ ਬਹਿਸ ਦੇ ਉੱਤੇ ਐਕਸਪਲੇਨ ਕਰ ਦੇਣਾ ਕਿ ਭਾਈ ਮੇਰੀ ਮਨਸ਼ਾ ਆਹ ਸੀਗੀ, ਸਾਨੂੰ ਵੀ ਪਤਾ ਲੱਗ ਜਾਵੇ ਕਿ ਤੁਸੀਂ ਕਿਸ ਲੌਜਿਕ ਨਾਲ ਕਿਹਾ, ਫਿਰ ਉਹ ਸਵਾਲ ਜਵਾਬ ਹੋ ਸਕਦਾ ਵਾ। ਚੱਕਰ ਇਹ ਆ ਵੀ ਸਾਡੀ ਸਾਰੀ ਰਾਜਨੀਤੀ ਦੇ ਵਿੱਚ ਸਵਾਲ ਜਵਾਬ ਤਾਂ ਖਤਮ ਹੋ ਗਿਆ। ਤੁਸੀਂ ਇੱਕ ਟਵੀਟ ਪਾ ਦਿਓ ਜਾਂ ਤੁਹਾਡੀ ਬੱਲੇ ਬੱਲੇ ਹੋ ਜੂਗੀ ਜਾਂ ਤੁਹਾਡੀ ਤੋਏ ਤੋਏ ਹੋ ਜੂਗੀ, ਤੁਸੀਂ ਆਰਗੂਮੈਂਟ ਕਰਦੇ ਕੋਈ ਨਹੀਂ ਉਹਦੇ ਵਿੱਚੋਂ। ਤਾਂ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਬਹੁਤ ਸੀਰੀਅਸ ਮਸਲੇ, ਕਿ ਹੋਰ ਬਹੁਤ ਸਾਰੇ। ਇਹ ਗੱਲ ਠੀਕ ਹੈਗਾ ਕਿ ਇੱਦਾਂ ਅਜੇ ਤਾਂ ਠੀਕ ਆ ਗੱਲ, ਰੌਲਾ ਰੱਪੇ ਤਾਂ ਚਲੀ ਜਾਂਦਾ, ਲੋਕਾਂ ਦਾ ਹਨੀਮੂਨ ਵਾਲਾ ਕੰਮ ਹੈਗਾ ਵਾ ਪੋਲਿਟਿਕਸ ਦੇ ਵਿੱਚ, ਸਾਰਾ ਕੁਝ ਹੈਗਾ ਚਲੀ ਜਾਂਦਾ, ਹੋਰ 6 ਮਹੀਨਿਆਂ ਨੂੰ ਤਾਂ ਨਿਕਲਣਾ ਬੰਦ ਹੋ ਜੂਗਾ। ਇੱਦਾਂ ਦੇ ਜੋ ਦੇ ਕੇ ਆਪਣੇ ਦੂਸਰੇ ਜਿਹੜੇ ਹੈਗੇ ਸੀ ਬਿਆਨ ਦੇ ਕੇ, ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜ ਦੇਣਾ, ਸਵਾਲ ਪੁੱਛਣਗੇ ਕੀ ਜਵਾਬ ਦੇਣਗੇ। ਹਾਂ, ਇਹ ਚੰਗੀ ਗੱਲ ਹੈ ਕਿ ਜੇ ਉਹ ਤੋਂ ਪਹਿਲਾਂ ਜਿਹਨਾਂ ਕੋਲ ਖਾਕਾ ਹੈਗਾ ਜਾਂ ਇਹਨਾਂ ਕੋਈ ਬਲਿਊ ਪ੍ਰਿੰਟ ਹੈਗਾ, ਜਿੱਦਾਂ ਤੁਸੀਂ ਕਿਹਾ ਕਿ ਪਹਿਲਾਂ ਹਾਈ ਕੋਰਟ ਦੀ ਗੱਲ ਕੀਤੀ, ਕੀ ਮਸਲਾ ਪੈ ਗਿਆ ਹਾਈ ਕੋਰਟ ਬਣਾਉਣ ਦਾ ਇਹਨਾਂ ਨੂੰ ਹਲੇ, ਕਿ ਚੰਡੀਗੜ੍ਹ ਜਿਹੜਾ ਹੈਗਾ ਵਾ ਉਹ ਪੰਜਾਬ ਹਰਿਆਣੇ ਦੇ ਮਸਲੇ ਹੱਲ ਨਹੀਂ ਕਰਦਾ। ਕਿਸਾਨ ਤਾਂ ਪੰਜਾਬ ਹਰਿਆਣੇ ਨੂੰ ਜੋੜਨ ਡਏ ਆ, ਲੋਕ ਤਾਂ 2 ਸਟੇਟਾਂ ਨੂੰ ਜੋੜਨ ਡਏ ਆ, ਅਤੇ ਪੋਲੀਟੀਸ਼ੀਅਨ ਜਿਹੜੇ ਹੈਗੇ ਤਾਂ ਮਤਲਬ ਫਿਰ ਲੋਕਾਂ ਨੂੰ ਵਗਾਉਣ ਡਏ, ਇਹ ਪੁੱਠੇ ਪਾਸੇ ਗੇੜੀ ਦੇਣ ਡਏ ਆ। ਜਾਂ ਤਾਂ ਇਹ ਹੋਵੇ ਨਾ ਵੀ ਪੰਜਾਬ ਹਰਿਆਣਾ ਇਸ ਵੇਲੇ ਲੋਕਾਂ ਦੇ ਮਸਲੇ ਹੱਲ ਨਹੀਂ ਕਰਦਾ, ਤੁਸੀਂ ਲਾਓ ਥੱਲੀਆਂ ਕੋਰਟਸ ਦੇ ਵਿੱਚ ਹੋਰ ਕੋਰਟਸ ਐਸਟੈਬਲਿਸ਼ ਕਰੋ, ਥੱਲੜੇ ਲੈਵਲ ਦੇ ਉੱਤੇ, ਤਹਿਸੀਲ ਲੈਵਲ ਦੇ ਉੱਤੇ, ਜ਼ਿਲ੍ਹੇ ਲੈਵਲ ਦੇ ਉੱਤੇ ਉਹਨਾਂ ਨੂੰ ਸੈਂਕਸ਼ਨ ਕਰੋ ਫੰਡ, ਉੱਥੇ ਤੁਸੀਂ ਕਰਨੀ ਡੈ ਹੈ। ਸਿਰਫ ਇਹ ਕੋ ਹਾਈ ਕੋਰਟ ਉੱਤੇ ਪ੍ਰੈਸ਼ਰ ਪਾਓ ਵੀ ਸਾਡੀ ਜਿਹੜੀ ਸਟਰੈਂਥ ਫੁੱਲ ਹੋਣੀ ਚਾਹੀਦੀ ਆ, ਤੁਸੀਂ ਆਪਣੇ ਹਿੱਸੇ ਦੇ ਜਿਹੜੇ ਐਡਵੋਕੇਟ ਹੈਗੇ ਆ ਜਾਂ ਜੋ ਵੀ ਪ੍ਰੋਸੈਸ ਹੈਗਾ ਵਾ ਉਹਨੂੰ ਕਰੋ, ਅਗਲੇ ਪਾਸੇ ਲੈ ਕੇ ਜਾਓ। ਉਹ ਤੁਸੀਂ ਕੰਮ ਨਹੀਂ ਕਰਦੇ, ਰਵਾਇਤੀ ਪੋਲੀਟੀਕਲ ਲੀਡਰਾਂ ਵਾਲੀ ਸਟੇਟਮੈਂਟਾਂ ਦਿੰਦੇ ਜੋ, ਔਰ ਉਹਦੇ ਨਾਲ ਮਸਲੇ ਹੱਲ ਹੋਣ ਦੀ ਬਜਾਏ ਜਿਹੜੇ ਆ ਨਾ ਸਮੱਸਿਆ ਹੋਰ ਵਧੂਗੀ, ਇਹਨਾਂ ਦੀ ਵਧਣੀ ਆ। ਲੋਕਾਂ ਨਾਲ ਤਾਂ ਹੁਣ ਮੈਦਾਨ ਦੇ ਵਿੱਚ ਹੈਗੇ ਆ, ਉਹਨਾਂ ਨੂੰ ਤਾਂ ਬਹੁਤ ਕਲੀਅਰ ਹੋ ਗਿਆ ਵੀ ਅਸੀਂ ਹੁਣ ਇਹਨਾਂ ਨੂੰ ਨਜਿੱਠ ਸਕਦੇ ਹਾਂ ਜੇ ਇਰਸਪੋਂਸੀਬਲ ਤਰੀਕੇ ਨਾਲ ਬਿਹੇਵ ਕਰਨਗੇ ਜਾਂ ਨੋਨ ਸੀਰੀਅਸਲੀ ਮੁੱਦਿਆਂ ਨੂੰ ਲੈਣਗੇ। ਤਾਂ ਫਿਰ ਉਹ ਤਾਂ ਫਿਰ 5 ਸਾਲਾਂ 'ਚ 3 ਵਾਰੀ ਇਲੈਕਸ਼ਨਾਂ ਹੁੰਦੀਆਂ ਵਾ ਔਰ ਬਾਈ ਇਲੈਕਸ਼ਨ ਵੀ ਆ ਜਾਂਦੀ ਆ, ਜਿਹਦੇ ਵਿੱਚ ਸਬਕ ਸਿਖਾਉਣਾ ਉਹਨਾਂ ਨੂੰ ਯਾਦ ਆ ਗਿਆ ਵੀ ਕਿੱਦਾਂ ਇਹਨਾਂ ਨੂੰ ਕਰਨਾ ਉਹਦੇ ਵਿੱਚੋਂ। ਬਿਲਕੁਲ ਸਿੱਖੋ ਸਾਹਿਬ, ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਥੋੜ੍ਹੇ ਸ਼ਬਦਾਂ 'ਚ ਕਮੈਂਟ ਲੈਣਾ ਚਾਹੂੰਗਾ ਕਿ ਚੱਕੀ ਦੇ ਪੁੜਾਂ ਦੇ ਵਿਚਕਾਰ ਪਏ ਦਾਣਿਆਂ ਵਾਂਗ ਪੰਜਾਬ ਦੇ ਲੋਕ ਹਮੇਸ਼ਾ ਤੋਂ ਪਿੱਸੇ ਜਾਂਦੇ ਨੇ। ਅੱਜ
ਸੋ ਫਿਰ ਨੁਕਸਾਨ ਤਾਂ ਪੰਜਾਬੀਆਂ ਦਾ ਹੋਊਗਾ ਨਾ, ਨੁਕਸਾਨ ਤਾਂ ਪੰਜਾਬ ਦਾ ਹੋਊਗਾ। ਪਹਿਲਾਂ ਵੀ ਸਾਡੇ ਪੰਜਾਬ ਨੇ ਐਡੇ ਐਡੇ ਨੁਕਸਾਨ ਝੱਲੇ ਨੇ ਜਿਹਦੀ ਭਰਪਾਈ ਨਾ ਅਸੀਂ ਅੱਜ ਤੱਕ ਕਰ ਪਾਏ ਹਾਂ ਅਤੇ ਨਾ ਸ਼ਾਇਦ ਅਸੀਂ ਕਦੇ ਕਰ ਪਾਵਾਂਗੇ ਭਰਪਾਈ, ਫਿਰ ਪੰਜਾਬੀ ਕਿੱਥੇ ਜਾਣ। ਪੰਜਾਬੀ ਆਪਣਾ ਰਾਹ ਬਣਾਉਣਗੇ, ਇਹ ਤਾਂ ਆਪਣੇ ਕੋਲ ਇਤਿਹਾਸ ਹੈਗਾ ਬਾਈ, ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈ, ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਆਪਾਂ ਤਾਂ ਉਦੋਂ ਨਹੀਂ ਪੰਜਾਬੀ ਡਰੇ ਜਦੋਂ ਗਿਣਤੀ ਬਹੁਤ ਥੋੜ੍ਹੀ ਸੀਗੀ, ਜਦੋਂ ਜੰਗਲਾਂ 'ਚ ਰਹਿੰਦੇ ਸੀਗੇ, ਜਦੋਂ ਗੋਰਿਆਂ ਨਾਲ ਲੜਦੇ ਸੀਗੇ, ਹੈ ਜਦੋਂ ਕੋਈ ਡੈਮੋਕ੍ਰੇਸੀ ਨਹੀਂ ਸੀ ਹੈਗੀ, ਕਿਸੇ ਦੇ ਖਿਲਾਫ਼ ਬੋਲਣ ਦੀ ਸਜ਼ਾ ਜਿਹੜੀ ਹੁੰਦੀ ਸੀ ਉਹ ਮੌਤ ਹੁੰਦੀ ਸੀ, ਇਹ ਤਾਂ ਉਦੋਂ ਨਹੀਂ ਡਰੇ। ਇਹ ਹੁਣ ਵਾਲੇ ਕਿਸ ਖੇਤ ਦੀ ਮੂਲੀ ਆ, ਚਾਹੇ ਉਹ ਬੀਜੇਪੀ ਵਾਲੇ ਆ, ਚਾਹੇ ਇਹ ਆਮ ਆਦਮੀ ਪਾਰਟੀ ਵਾਲੇ ਆ, ਜਾਂ ਕਾਂਗਰਸ ਵਾਲੇ ਆ, ਜਾਂ ਅਕਾਲੀ ਵਾਲੇ। ਹਾਂ, ਇਹ ਜ਼ਰੂਰ ਠੀਕ ਹੈਗਾ ਕਿ ਜਿਸ ਕਿਸਮ ਦਾ ਵਰਤਾਰਾ ਹੋ ਰਿਹਾ ਉਹ ਸਾਡੇ ਆਉਣ ਵਾਲੇ ਭਵਿੱਖ ਨੂੰ ਹੋਰ ਗੰਧਲਾ ਕਰੂਗਾ। ਪੰਜਾਬੀ ਜਿਹੜੇ ਹੈ ਐਸਪੀਰੇਸ਼ਨਲ ਹੈ, ਪੰਜਾਬੀ ਜਿਹੜੇ ਆ ਫੋਰਵਰਡ ਲੁਕਿੰਗ ਹੈਗੇ ਆ, ਇਹ ਰਸਤਾ ਆਪਣਾ ਕੋਈ ਨਾ ਕੋਈ ਲੱਭ ਲੈਂਦੇ ਆ, ਪਰ ਇਹਦੇ ਨਾਲ ਨਾਲ ਇਹਨਾਂ 'ਚ ਸੈਂਸ ਆਫ ਬਿਲੋਂਗਿੰਗ, ਚਾਹੇ ਆਪਣੀ ਮਿੱਟੀ ਦੇ ਨਾਲ ਹੈਗੀ ਆ, ਚਾਹੇ ਆਪਣੀ ਸੱਭਿਆਚਾਰ ਦੇ ਨਾਲ ਹੈਗੀ ਆ, ਚਾਹੇ ਆਪਣੇ ਸਿੰਬਲਸ ਦੇ ਨਾਲ ਹੈਗੀ ਆ। ਜਿੱਦਾਂ ਹੁਣ ਚੰਡੀਗੜ੍ਹ ਇੱਕ ਸਿੰਬਲ ਆ, ਮੈਂ ਚੰਡੀਗੜ੍ਹ ਨਹੀਂ ਰਹਿਣਾ, ਹੋਰ ਬਹੁਤ ਲੋਕਾਂ ਚੰਡੀਗੜ੍ਹ, ਅਸੀਂ ਕੀ ਲੈਣਾ ਚੰਡੀਗੜ੍ਹ 'ਚੋਂ, ਪਰ ਸਾਨੂੰ ਲੱਗਦਾ ਵੀ ਨਹੀਂ ਯਾਰ ਇਹ ਬਿਲੋਂਗ ਸਾਨੂੰ ਕਰਦਾ, ਸਾਡੀ ਸੈਂਸ ਆਫ ਬਿਲੋਂਗਿੰਗ ਹੈਗੀ ਆ। ਇਸੇ ਕਰਕੇ ਤੁਸੀਂ ਦੇਖੋ ਵੀ ਜਦੋਂ ਚੰਡੀਗੜ੍ਹ ਕੋਈ ਮਸਲਾ ਆਉਂਦਾ ਵਾ ਤਾਂ ਬੱਚੇ ਵੀ ਖੜ੍ਹੇ ਹੁੰਦੇ ਆ, ਮਜ਼ਦੂਰ ਵੀ ਖੜ੍ਹੇ ਹੁੰਦੇ ਆ। ਮੈਂ ਤਾਂ ਕਿਸਾਨਾਂ ਨੂੰ ਵੀ ਬਾਰਡਰ ਦੇ ਪਿੰਡਾਂ ਦੇ ਵਿੱਚ ਚੰਡੀਗੜ੍ਹ ਦੇ ਜਿਹੜਾ ਪੰਜਾਬ ਦੇ ਹੱਕ ਵਿੱਚ ਪੰਜਾਬ ਯੂਨੀਵਰਸਿਟੀ ਵਾਸਤੇ ਉਹਨਾਂ ਦੇ ਜਿਹੜਾ ਹੈਗਾ ਵਾ ਉਹ ਕਹਿੰਦੇ ਹੋਏ ਸੁਣਿਆ ਵੀ ਇਹ ਸਾਡੀ ਹੈਗੀ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਇਹ ਸਰਕਾਰ ਨੂੰ ਬਹੁਤ ਵੱਡਾ ਮੌਕਾ ਮਿਲਿਆ ਹੈਗਾ ਵਾ ਕਿ ਇਹ ਪੰਜਾਬ ਦੇ ਵਿੱਚ ਉਹ ਸੋਚ ਨੂੰ ਹੋਰ ਤਕੜਾ ਕਰਨ, ਔਰ ਤਕੜਾ ਕਰਨ ਦਾ ਇੱਕੋ ਤਰੀਕਾ ਹੈ ਲਗਾਤਾਰ ਸੰਵਾਦ ਕਰਨ, ਔਰ ਸੰਵਾਦ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਨਹੀਂ ਗਾ, ਕਿਉਂਕਿ ਇਹਦੇ ਵਿੱਚ ਵੀ ਵਨ ਵੇ ਵਾਲਾ ਕੰਮ ਹੀ ਆ, ਮਾਈ ਵੇ ਔਰ ਹਾਈਵੇ ਹੀ ਹੈਗਾ ਵਾ। ਔਰ ਜਿਸ ਤਰੀਕੇ ਦੇ ਨਾਲ ਮੈਂ ਇਹਨੂੰ ਅੰਡਰਲਾਈਨ ਕਰਨਾ ਚਾਹੁੰਦਾ ਵਾਂ, ਭਗਵੰਤ ਸਿੰਘ ਮਾਨ ਇਹ ਇੰਪ੍ਰੈਸ਼ਨ ਜਾ ਰਿਹਾ ਵਾ ਕਿ ਇਹ ਦਿੱਲੀ ਜਿਹੜਾ ਦਰਬਾਰ ਹੈਗਾ ਇਹਦਾ ਕੇਜਰੀਵਾਲ ਦਾ, ਉਹਦੀਆਂ ਉਂਗਲਾਂ 'ਤੇ ਨੱਚਦਾ ਜਾਂ ਉਹਦੇ ਉੱਤੇ ਨੱਚਦਾ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਬਹੁਤ ਮਹਿੰਗਾ ਪੈ ਸਕਦਾ। ਜਦੋਂ ਤੁਸੀਂ ਤਾਕਤ 'ਚ ਹੁੰਦੇ ਜੋ ਨਾ, ਫਿਰ ਤੁਹਾਨੂੰ ਇਹ ਚੀਜ਼ ਮਹਿਸੂਸ ਨਹੀਂ ਹੁੰਦੀ, ਇਹ ਲੱਗਦਾ ਕਿ ਨਹੀਂ ਸਾਰਾ ਕੁਝ ਠੀਕ ਠਾਕ ਹੈਗਾ। ਇਹ ਆਟੋਨਮਸ ਹੋਣਾ ਚਾਹੀਦਾ ਹੈ, ਇਹ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ, ਸ਼ਾਇਦ ਇਹਨਾਂ ਨੂੰ, ਕਿਉਂਕਿ ਬਹੁਤ ਵੱਡੇ ਕਲਾਕਾਰ ਹੈ, ਬਹੁਤ ਵੱਡੀਆਂ ਇਹਨਾਂ ਦੀਆਂ ਸਾਰੀਆਂ ਅੱਜ ਕੱਲ੍ਹ ਉਹ ਵੀ ਆਉਂਦੀਆਂ, ਇਹਨਾਂ ਨੂੰ ਬਹੁਤ ਡੂੰਘੀ ਸਮਝ ਹੈਗੀ ਆ, ਰਮਜ਼ਾਂ ਦੀ ਜਿਹੜੀ ਹੈਗੀ ਬਹੁਤ ਸਮਝ ਹੈਗੀ ਆ, ਸਿੰਬਲ ਦੀ ਸਮਝ ਹੈਗੀ ਆ, ਪਰ ਇੱਕ ਸਮਝ ਮੇਰਾ ਖਿਆਲ ਇਹ ਵੀ ਹੋਣੀ ਚਾਹੀਦੀ ਆ ਕਿ ਕਦੀ ਵੀ ਪੰਜਾਬ ਦੇ ਲੋਕ ਜ਼ਿਆਦਾਤਰ, ਤੁਸੀਂ ਦੇਖੋ ਸਾਰੀਆਂ ਸਰਕਾਰਾਂ ਨਾਲ ਇੱਦਾਂ ਹੋਇਆ, ਅਕਾਲੀਆਂ ਦਾ ਕਿਉਂ, ਅਸੀਂ ਤਾਂ ਅਸੀਂ ਫਿਰ ਮੋਦੀ ਦੇ ਨਾਲ ਤੁਰੇ ਫਿਰਦੇ ਸੀਗੇ, ਕਾਂਗਰਸ ਦੇ ਇੰਦਰਾ ਗਾਂਧੀ ਦੇ ਨਾਲ ਉਹਦੇ ਅੱਗੇ ਤੁਰੇ ਫਿਰਦੇ ਸੀ, ਕਿੱਦਾਂ ਉਹਨੂੰ ਚੁੱਕ ਕੇ ਬਾਹਰ ਮਾਰਿਆ, ਪਰ ਇਹਨਾਂ ਬਾਰੇ ਇਸ ਵੇਲੇ ਇੰਪ੍ਰੈਸ਼ਨ ਬਹੁਤ ਇੱਦਾਂ ਦਾ ਜਾ ਰਿਹਾ ਕਿ ਉਹ ਹੀ ਦਾਰਮਦਾਰ ਉਹਨਾਂ ਦਾ ਹੀ ਹੈ। ਇਹ ਸਹੀ ਆ ਜਾਂ ਗਲਤ ਆ ਮੈਨੂੰ ਪਤਾ ਨਹੀਂ ਹੈ, ਪਰ ਰਾਜਨੀਤੀ ਦੇ ਵਿੱਚ ਪਰਸੈਪਸ਼ਨ ਜਿਹੜੀਆਂ ਹੁੰਦੀਆਂ ਉਹ ਬਹੁਤ ਇੰਪੋਰਟੈਂਟ ਹੁੰਦੀਆਂ, ਰੋਲ ਆਫ ਪਰਸੈਪਸ਼ਨ, ਤੁਸੀਂ ਕੀ ਸੋਚਦੇ ਜੋ ਬੰਦੇ ਬਾਰੇ, ਹੌਲੀ ਹੌਲੀ ਤੁਸੀਂ ਚੰਗਾ ਸੋਚਦੇ ਜੋ ਬਹੁਤ ਵਧੀਆ ਹੈ, ਇਹ ਹੈ ਉਹ ਹੈ, ਪਰ ਜਦੋਂ ਲੋਕਾਂ ਦੀ ਸੋਚਣੀ ਦੇ ਵਿੱਚ ਗੱਲ ਬੈਠ ਜਾਂਦੀ ਹੈ ਜੇ ਤੁਸੀਂ ਉਹਨੂੰ ਕਲੈਰੀਫਾਈ ਨਾ ਕਰੋ। ਤਾਂ ਹੀ ਮੈਂ ਕਹਿੰਦਾ ਕਿ ਜਿਹੜੀ ਉਹਨਾਂ ਨੇ ਟਵੀਟ ਕੀਤਾ ਜਾਂ ਜਿਹੜਾ ਲੋਕ ਇਸ ਕਿਸਮ ਦਾ ਸੋਚਦੇ ਆ ਉਹ, ਕਿਉਂਕਿ ਪ੍ਰੈਕਟੀਕਲੀ ਸਾਹਮਣੇ ਆ, ਅਜੇ ਵੀ ਇਹ ਮੰਨਣ ਨਾ ਮੰਨਣ ਸਟੇਟਮੈਂਟ ਦਿੱਤੀ, ਜਿਹੜੇ 7 ਬੰਦੇ ਇਹਨਾਂ ਨੇ ਲਾਏ ਆ ਜਾਂ ਪੰਜਾਬ ਦੇ ਵਿੱਚੋਂ ਜਿਹੜੇ ਖਾਸ ਕਰਕੇ ਆ ਬੰਦੇ ਲਾਏ ਆ, ਜਿਸ ਪ੍ਰਾਈਵੇਟ ਯੂਨੀਵਰਸਿਟੀ ਦੇ ਵੀਸੀ ਨੂੰ ਲਾਉਣਾ, ਜਿਹੜਾ ਬੰਦੇ ਨੂੰ ਲਾਉਣਾ, ਇਹ ਜੋ ਮਰਜ਼ੀ ਕਹੀ ਜਾਣ, ਲੋਕਾਂ ਦੇ ਸੰਘ 'ਚੋਂ ਨਹੀਂ ਉਤਰਦਾ, ਵਿਦਿਆਰਥੀਆਂ ਦੇ ਸੰਘ 'ਚੋਂ ਨਹੀਂ ਉਤਰਦਾ, ਨੌਜਵਾਨਾਂ ਦੇ ਸੰਘ 'ਚੋਂ ਨਹੀਂ ਉਤਰਦਾ, ਕਿਸਾਨਾਂ ਦੇ ਸੰਘ ਦੇ ਵਿੱਚੋਂ ਅਜੇ ਥੱਲੇ ਇਹ ਨਹੀਂ ਜਾਂਦੀ ਗੱਲ। ਅਤੇ ਜੇ ਅਜੇ ਵੀ ਇਹ ਸੋਚਦੇ ਆ ਵੀ ਕੋਈ ਫਰਕ ਨਹੀਂ ਪੈਂਦਾ, ਠੀਕ ਆ, ਫਿਰ ਤਾਂ ਇਹ ਕਿਹੜਾ ਕੁੰਭ ਦਾ ਮੇਲਾ, ਲੋਕ ਇਹ ਸੋਚਦੇ ਆ ਵੀ ਦੇਖ ਲਾਂਗੇ ਅਗਲੀ ਵਾਰ ਨੂੰ। ਦਿੱਲੀ ਦਰਬਾਰ ਇਹਨਾਂ ਤੋਂ ਜਿਹੜਾ ਹੈਗਾ ਵਾ ਉਹ ਥੋੜਾ ਬਹੁਤਾ ਪਿਛਾਂ ਹਟਦਾ ਵਾ ਕਿ ਇਹ ਆਪਣਾ ਰਾਹ ਬਣਾਉਣਾ ਜਾਣਦੇ ਆ ਔਰ ਆਪਣੇ ਤਰੀਕੇ ਨਾਲ ਜੀਣਾ ਜਾਣਦੇ ਆ। ਬਿਲਕੁਲ, ਆਹ ਇਤਿਹਾਸ ਲਈ ਹੈ ਪੰਜਾਬ ਦੀ। ਸੋ ਸੇਖੋਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਤੇ ਗੱਲਬਾਤ ਕਰਨ ਦੇ ਲਈ, ਧੰਨਵਾਦ ਤੁਹਾਡਾ। ਸ਼ੁਕਰੀਆ, ਥੈਂਕ ਯੂ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ। ਸੇਖੋਂ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ ਚੰਡੀਗੜ੍ਹ ਦੇ ਮਾਮਲੇ ਦੇ ਉੱਤੇ, ਕਿਉਂਕਿ ਕਾਫੀ ਗਰਮ ਮੁੱਦਾ ਆ, ਪੰਜਾਬ ਦੀਆਂ ਜੜ੍ਹਾਂ ਦੇ ਨਾਲ ਜੁੜਿਆ ਹੋਇਆ ਮੁੱਦਾ, ਕਿਉਂਕਿ ਸੇਖੋਂ ਸਾਹਿਬ ਨੇ ਇੱਕ ਹੋਰ ਜ਼ਿਕਰ ਕੀਤਾ ਕਿ ਬੀਜੇਪੀ ਲਗਾਤਾਰ ਡਿਸੇਬਲ ਕਰਨਾ ਚਾਹੁੰਦੀ ਹੈ ਪੰਜਾਬ ਗਵਰਨਮੈਂਟ ਨੂੰ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮਾਹੌਲ ਹੈ ਉਹ ਮਾਹੌਲ ਸੁਖਾਮਾ ਨਹੀਂ ਹੋਊਗਾ ਆਪ ਸਰਕਾਰ ਦੇ ਲਈ। ਦੇਖਦੇ ਹਾਂ ਸਰਕਾਰ ਕੀ ਪੈਂਕੜਾ ਅਪਣਾਊਗੀ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਣਾ ਚੈਨਲ ਪੰਜਾਬੀ ਦੇ।